ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਆਰ ਐੱਸ ਪੀ ਇੰਸਟੀਚਿਊਟ 'ਤੇ। ਸਿੱਖਿਆ ਭਰਤੀ ਵਿਭਾਗ ਦੀ ਜੀ ਇੱਕ ਲੇਟੈਸਟ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਤੁਹਾਨੂੰ ਸਾਰਾ ਪੜ੍ਹ ਕੇ ਦੱਸਾਂਗੇ ਨੋਟਿਸ ਕਿਸ ਵਿਸ਼ੇ 'ਤੇ ਹੈ ਜੀ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ, ਜੇਕਰ ਚੈਨਲ 'ਤੇ ਨਵੇਂ ਹੋ ਜੀ, ਚੈਨਲ ਸਬਸਕ੍ਰਾਈਬ ਕਰ ਲੈਣਾ। ਇਸੇ ਤਰ੍ਹਾਂ ਦੀਆਂ ਅਪਡੇਟਸ ਨੇ ਜਿਹੜੀਆਂ ਤੁਹਾਨੂੰ ਰੈਗੂਲਰ ਸਾਡੇ ਇਸ ਚੈਨਲ 'ਤੇ ਮਿਲਦੀਆਂ ਰਹਿਣਗੀਆਂ। ਚੈਨਲ ਨਾਲ ਜੁੜੇ ਰਹੋ ਜੀ। ਚੱਲਦੇ ਹਾਂ ਸਿੱਧਾ ਨੋਟਿਸ 'ਤੇ ਅਤੇ ਦੱਸ ਦਿਆਂ ਤੁਹਾਨੂੰ ਕਿਸ ਵਿਸ਼ੇ 'ਤੇ ਨੋਟਿਸ ਹੈ ਜੀ। ਇਹ ਦਫ਼ਤਰ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਦਾ ਨੋਟਿਸ ਹੈ। ਸੋ ਕਦੇ ਵਾਰੀ ਹੈ ਜੀ, ਪੰਜਾਬ ਸਿੱਖਿਆ ਵਿਭਾਗ ਵੱਲੋਂ 8/3/2019 ਨੂੰ 1558 ਹੈੱਡ ਟੀਚਰਾਂ ਅਤੇ 375 ਹੈੱਡ ਟੀਚਰਾਂ ਦੀਆਂ ਸਿੱਧੀਆਂ ਭਰਤੀਆਂ ਲਈ ਅਸਾਮੀਆਂ ਨੂੰ ਭਰਨ ਲਈ ਇਸ਼ਤਿਹਾਰ ਜਿਹੜਾ ਜਾਰੀ ਕੀਤਾ ਗਿਆ ਸੀ। ਸੋ ਅੱਗੇ ਲਿਖਿਆ ਹੈ ਜੀ, ਭਰਤੀ ਬੋਰਡ ਦੁਆਰਾ ਇਹਨਾਂ ਅਸਾਮੀਆਂ ਦੀ ਭਰਤੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਯੋਗ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਨੇ। ਹੁਣ ਇਸ ਭਰਤੀ ਨੂੰ ਸ਼ੁਰੂ ਹੋਏ 2 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਅਤੇ ਇਸ ਦੀ ਵੇਟਿੰਗ ਲਿਸਟ ਵਿੱਚ ਹੋਰ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਾ ਸਰਕਾਰੀ ਨਿਯਮਾਂ ਦੀ ਉਲੰਘਣਾ ਹੋਵੇਗੀ। ਇਸ ਨੂੰ ਮੁੱਖ ਰੱਖਦਿਆਂ ਇਸ ਭਰਤੀ ਨੂੰ ਜਿਹੜਾ ਹੈ ਹੁਣ ਮੁਕੰਮਲ ਘੋਸ਼ਿਤ ਕੀਤਾ ਜਾਂਦਾ ਹੈ ਅਤੇ ਇਸ ਉਪਰੰਤ ਜੇਕਰ ਕੋਈ ਅਸਾਮੀ ਖਾਲੀ ਰਹਿ ਜਾਂਦੀਆਂ ਹਨ ਤਾਂ ਉਹਨਾਂ ਸੰਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਦੁਬਾਰਾ ਇਸ਼ਤਿਹਾਰ ਦਿੱਤਾ ਜਾਵੇਗਾ। ਠੀਕ ਹੈ ਜੀ, 18/8/2021 ਯਾਨੀ ਕਿ ਨੋਟਿਸ ਅੱਜ ਜਾਰੀ ਹੋਇਆ ਜੀ, ਹੁਣੇ 5 ਮਿੰਟ ਪਹਿਲਾਂ ਜੀ। ਸੋ ਅੱਗੇ ਤੁਸੀਂ ਵੇਖ ਸਕਦੇ ਹੋ, ਨਿੱਜੀ ਸਕੱਤਰ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਨੂੰ ਇਹ ਨੋਟਿਸ ਜਿਹੜਾ ਹੈ ਜਿੱਥੇ ਦਿੱਤਾ ਗਿਆ ਅਤੇ ਸਹਾਇਕ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟਰ ਦਾ, ਅਤੇ ਇੱਥੇ ਅਸੀਂ ਸਿਗਨੇਚਰ ਦੇਖ ਸਕਦੇ ਹੋ ਜੀ। ਸੋ ਇਸ ਲੇਟੈਸਟ ਅਪਡੇਟ ਜੀ, ਇਸੇ ਤਰ੍ਹਾਂ ਦੀਆਂ ਹੋਰ ਅਪਡੇਟਸ ਲਈ ਤੁਸੀਂ ਜੁੜੇ ਰਹੋ ਸਾਡੇ ਯੂਟਿਊਬ ਚੈਨਲ ਆਰ ਐੱਸ ਪੀ ਇੰਸਟੀਚਿਊਟ ਨਾਲ। ਅਤੇ ਇੱਕ ਅਪਡੇਟ ਤੁਹਾਨੂੰ ਇੱਥੇ ਹੋਰ ਦੇਣੀ ਚਾਹਾਂਗੇ ਜੀ, ਮਾਸਟਰ ਕੈਡਰ ਇੰਗਲਿਸ਼ ਸਾਇੰਸ ਅਤੇ ਜਿਹੜੀਆਂ ਇਹਨਾਂ ਜਿਹੜੀ ਭਰਤੀ ਚੱਲ ਰਹੀ ਹੈ ਜੀ, ਉਹਨਾਂ ਦੀ ਸਿਲੈਕਸ਼ਨ ਲਿਸਟ ਜਾਰੀ ਕੀਤੀ ਗਈ ਹੈ। ਉਹਦੇ ਸਾਡੀ ਵੀਡੀਓ ਜਿਹੜੀ ਹੈ ਉਹ 'ਚ ਜਾ ਕੇ ਵੇਖ ਸਕਦੇ ਹੋ ਚੈਨਲ 'ਤੇ, ਉਹਦੀ ਵੀਡੀਓ ਅਸੀਂ ਵੱਖਰੇ ਤੌਰ 'ਤੇ ਬਣਾਈ ਹੈ ਅਤੇ ਉਹ ਵੀ ਨੋਟਿਸ ਹੁਣੇ ਜਾਰੀ ਹੋਇਆ ਅਤੇ ਤੁਸੀਂ ਜਾ ਕੇ ਉਹ ਨੋਟਿਸ ਜ਼ਰੂਰ ਵੇਖਣਾ ਜੀ। ਸੋ ਇਹ ਵੀਡੀਓ ਨੂੰ ਵੀ ਲਾਈਕ ਔਰ ਸ਼ੇਅਰ ਕਰ ਦਿਓ ਅਤੇ ਚੈਨਲ ਸਬਸਕ੍ਰਾਈਬ ਕਰ ਲੈਣਾ ਜੀ। ਇਸੇ ਤਰ੍ਹਾਂ ਦੀਆਂ ਜੋ ਹੋਰ ਅਪਡੇਟਸ ਨੇ ਤੁਹਾਨੂੰ ਰੈਗੂਲਰ ਸਾਡੇ ਇਸ ਚੈਨਲ 'ਤੇ ਮਿਲਦੇ ਰਹਿਣਗੀਆਂ। ਸੋ ਚੈਨਲ ਨਾਲ ਤੁਸੀਂ ਜੁੜੇ ਰਹੋ ਜੀ ਅਤੇ ਵੀਡੀਓ ਵੇਖਣ ਲਈ ਜੀ ਥੈਂਕ ਯੂ, ਧੰਨਵਾਦ।